ਨਹੀਂ ਲੱਭਾ ਹੈ ਨਵਦੀਪ ਨਹੀਂ ਲੱਭਾ ਹੁਣ ਮੈਨੂੰ ਤਾਂ ਮੈਂ ਲੱਭ ਲਿਆ ਤਾ ਪਤਾ ਨੀ ਹੁਣ ਇਹਦੀ ਸ਼ੈਤਾਨੀ ਜਾਂ ਚਾਚੀ ਕਰਕੇ ਗਈ ਇੱਧਰ ਨੂੰ ਆਪੇ ਆਇਆ ਇੱਧਰ ਮੈਨੂੰ ਲੱਗਾ ਚਾਚੀ ਲੈ ਗਏ ਹੁਣੇ ਹੁਣ ਇਹ ਅਲਮਾ ਵੇਖਣ ਡਿਆ ਭਾਵੇਂ ਤੂੰ ਡਰ ਗਈ ਇਹਨੇ ਬਾਹਰ ਲੁਕਾਇਆ ਅੱਧਾ ਆਪੇ ਲੁਕਿਆ ਇਹ ਵੀ ਆਵਾਜ਼ ਆਈ ਮੈਂ ਸੋਚਣ ਡਿਆ ਚਾਚੀ ਨੇ ਇਧਰ ਕਰ ਗਏ ਹੋਣਗੇ ਇਹਨੂੰ ਅੱਛਾ ਗੰਦੂ ਇੱਕ ਵਾਰੀ ਤੇ ਤੈਨੂੰ ਡਰਾਤਾ ਮੈਂ ਡਰ ਗਈ ਹਾਂ ਮੇਰੇ ਤੇ ਹੱਥਾਂ ਪੈਰਾਂ ਦੀ ਰਹਿ ਗਿਆ ਮੈਂ ਫਾਈ ਕਿੱਥੇ ਚਲ ਗਿਆ ਰਾਤਾ ਗੰਦਾ ਜਿਹਾ ਆਹ ਵੇਖੋ ਉਹ ਜਿਹੜੀਆਂ ਚਿੜੀਆਂ ਕਹਿੰਦੇ ਨੇ ਉਹ ਵੀ ਪੁੱਤ ਵਿੱਚ ਵੜੀਆਂ ਜਿਹੜੀਆਂ ਚਾਚਾ ਜੀ ਦੇ ਕੁੱਕਰ ਵਿੱਚ ਉਹਨਾਂ ਨੇ ਬਣਾਇਆ ਹੋਇਆ ਘਰ ਇੱਕ ਉਹਦੇ ਵਿੱਚ ਵੜੀ ਤੇ ਪਾਉ ਬੈਠੀ ਜੀ ਉਹਨਾਂ ਵਿਚਾਰਿਆਂ ਨੂੰ ਟਿਕਾਣੇ ਲੱਭਣੇ ਹੀ ਸਹੀ ਗੱਲ ਪਰ ਵੇਲਾ ਉਤਰਾ ਉੱਠੇ ਤੇ ਬਾਜ ਜਾਂਦਾ ਯਾਰ ਹੁੰਦਾ ਬੰਦਾ ਤੇ ਅੱਜ ਦਾਣੇ ਖਾਈ ਜਾਂਦੇ ਦਾਣੇ ਖਾਈ ਜਾਂਦੇ ਹੁੰਦਾ ਅੱਛਾ ਜੀ ਪਰ ਇੱਥੇ ਚਲੋ ਬਹੁਤ ਵੱਡਾ ਪਾਣੀ ਲੈ ਕੇ ਆਵਾਂ ਤੇ ਵਾਸਤੇ ਪਾਣੀ ਪੀਣਾ ਮੇਰੇ ਲਈ ਵੀ ਲੈ ਲਈ ਇੱਕ ਗਲਾਸ ਲੈ ਥੋੜਾ ਜਿਹਾ ਦੋ ਚੀਲੜੀ ਦੋ ਥੋੜਾ ਦੇ ਕਿੰਨੀਆਂ ਨੇ ਉਹ ਬਾਹਰ ਟਰੈਕਟਰ ਕੀ ਫੇਰਨ ਡਿਆ ਵੇਖ ਭਲਾ ਰੋਟਾਵੇਟਰ ਇੱਧਰੋਂ ਕੇ ਗੇਟ ਤਾਂ ਨਹੀਂ ਵੇਖ ਨਾ ਓ ਰੂਟਾ ਬੈਟਰ ਹੈ ਹਾਂ ਰੂਟਾ ਬੈਟਰ ਫਿਰਨ ਡਿਆ ਜੀ ਤੈਨੂੰ ਜਾ ਚੇ ਤੂੰ ਕਿਤਰਾ ਫੇਰਦਾ ਮੈਂ ਕਿਤਰਾ ਅੱਛਾ ਉੱਧਰ ਹੈ ਨਹੀਂ ਚੜੀ ਇੱਧਰ ਹੀ ਹੈ ਮੈਂ ਕਿਹਾ ਨੇਰੀ ਆਏ ਤਾਂ ਬਹੁਤਾ ਹੀ ਖਲਾਰਾ ਪੈ ਜਾਂਦਾ ਕਿ ਨਹੀਂ ਉੱਦਾਂ ਭਾਵੇਂ ਸਾਰੇ ਅੰਦਰਾਂ 'ਚੋਂ ਵੀ ਅਤੇ ਵਿਹੜੇ 'ਚੋਂ ਵੀ ਆਹੀ ਤੁਰ ਚੌਥਾ ਪੰਜਵਾਂ ਹੀ ਸਹੀ ਹੋਏ ਜੋ ਸਹੀ ਗੱਲ ਨਹੀਂ ਇੰਨੇ ਚ ਇਹ ਵੀ ਸਵੇਰੇ ਸਵੇਰੇ ਐਕਸਰਸਾਈਜ਼ ਹੋ ਜਾਂਦੀ ਹੈ ਆਹੋ ਐਕਸਰਸਾਈਜ਼ ਚੰਗੀ ਹੁੰਦੀ ਹੈ ਥੋੜੀ ਬੋਲੀ ਹੁੰਦੀ ਹੈ
ਪਰ ਇਹ ਕਿ ਬੁਰੀਆਂ ਲੱਗਦੀਆਂ ਚੀਜ਼ਾਂ ਮਤਲਬ ਘੱਟੋ ਘੱਟ ਹੀ ਹੋਈਆਂ ਤੱਕ ਫਿਰ ਚੱਲ ਜਾਂਦਾ ਵਾ ਜਿੰਨੀ ਮਰਜ਼ੀ ਬੂਹੇ ਢੋ ਲਓ। ਸਹੀ ਗੱਲ ਜੀ, ਬਹੁਤ ਬੁਰਾ ਹਾਲ ਵਾ। ਹੋਰ ਤਰ੍ਹਾਂ ਹੀ ਘੱਟਾ ਵੇਖ ਕੇ ਹੋਰ ਤਰ੍ਹਾਂ ਦਾ ਆਪਣੇ ਆਪ ਨੂੰ ਜਿੱਦਾਂ ਵੀ ਘੱਟੇ ਘੱਟੀ ਹਾਂ ਨਹੀਂ ਸਹੀ ਗੱਲ, ਫਰੈਸ਼ ਜਿਹਾ ਨਹੀਂ ਫੀਲ ਹੁੰਦਾ। ਹੋਰ ਮਹੀਨਾ ਇੱਦਾਂ ਹੀ ਰਹਿਣਾ ਵਾ, ਆਪਣੀ ਵਰਕਸ਼ਾਪ ਖੋਲੀ ਏ, ਟਰੈਕਟਰ ਖੋਲਿਆ ਵਾ, ਟਰੈਕਟਰ ਦੇ ਅਗਲੇ ਟਾਇਰ ਵੀ ਲਾਏ ਨੇ। ਅਗਮ ਕਿੱਥੇ ਆ? ਨਵਦੀਪ ਅਗਮ ਆ ਵੇ, ਇਹਨੇ ਕੀ ਕੀਤਾ ਜੀ ਇੱਧਰ? ਟਰੈਕਟਰ ਦੇ ਅਗਲੇ ਟਾਇਰ ਵੀ ਲਾਏ ਨੇ, ਹੱਲਾਂ ਵੀ ਲਾਈਆਂ ਨੇ। ਅਗਮ ਕਿੱਥੇ ਆ? ਲੈ ਲੁੱਕ ਕੇ ਦੇਖਣ ਡਏ ਸੀ। ਉਹ ਕੀ, ਉਹ ਕਿਉਂ ਲਾਏ ਨੇ? ਕਿਹੜੀ ਗੱਲ ਦੱਸੋ, ਦੱਸ ਦਿਓ ਦੱਸ ਦਿਓ। ਚੰਗਾ ਨਹੀਂ ਸੀ ਲੱਗਣ ਡਿਆ? ਠੀਕ ਹੈ, ਕਹ ਬਣਿਆ ਸੀ ਤੇ ਚੱਲਦਾ ਸੀ ਤੇ ਮੈਨੂੰ ਚੰਗਾ ਨਹੀਂ ਲੱਗਣ ਡਿਆ ਵੀ ਇਹ ਟੁੱਟਾ ਕਿਉਂ ਨਹੀਂ ਆ। ਕੋਠੇ ਤੇ ਪਾ ਲਈਏ ਸੁੱਕਣੇ, ਹਨਾ ਤੇ ਹੁਣ ਵਿਹੜਾ ਵੀ ਧੋ ਲਈਏ। ਕਿੱਦਾਂ ਕੀ ਕਰਨਾ, ਧੋਣਾ ਹੀ ਪੈਣਾ ਵਾ, ਇੰਨਾ ਘੱਟਾ ਵਾ। ਠੀਕ ਹੈ, ਧੋ ਦਿੰਦੇ ਨੀ, ਧੋ ਲੈਂਦੇ ਆ। ਤੁਸੀਂ ਪਾਣੀ ਪਾਈ ਰਹੇ ਤੇ ਮੈਂ ਮਾਂਜਾ ਮਾਰ ਲਵਾਂ। ਠੀਕ ਹੈ, ਉਹਦਾ ਪਾਈਪ ਸਹੀ ਨਹੀਂ ਰਹਿਣਾ, ਪਾਣੀ ਵੀ ਜ਼ਿਆਦਾ ਵੇਸਟ ਹੋਣਾ ਸੀ ਤੇ ਨਾਲ ਲਾਈਟ ਵੀ ਚੱਲ ਗਈ, ਟੂਟੀਆਂ ਆਉਂਦੀ ਹੈ। ਅੱਛਾ ਠੀਕ ਹੈ, ਪਾਣੀ ਬਚਾਇਆ ਜਾ ਰਿਹਾ ਆਪਣੀ। ਠੀਕ ਹੈ, ਆ ਉਹਦਾ ਗੱਲ ਤਰੀ, ਗੱਲ ਤਰੀ ਸਹੀ ਹੈ। ਉਹ ਗਾੜੀ ਗਾੜੀ ਦੇ ਨਾਲੇ ਅੱਡੀ ਰਹਿੰਦੀ ਹੈ। ਹਾਂਵੇਂ ਇੱਕ ਡੱਬੇ 'ਚ ਪਾਈ ਦਾ, ਇੱਕ ਡੱਬੇ 'ਚ ਸਾਫ ਹੋ ਜਾਂਦਾ। ਸਹੀ ਗੱਲ ਹੈ, ਕਹਾ ਕਰਕੇ ਫਿਰ ਰੋਟੀ ਪਕਾਓ ਤੇ ਖਾਈਏ। ਘੁੱਬ ਗਿਆ ਸਾਰਾ? ਓ ਹਰਦਰ ਪੁੱਤਾਂ ਟੁੱਟ ਜਾਣੇ ਉਤੋਂ, ਪਾਈਪ ਟੁੱਟ ਜੂ ਹੁਣ, ਪੱਟ ਦੇ ਚੱਲ ਨਹੀਂ ਪਾਉਂਦੇ। ਨਵੇਂ ਟੁੱਟ ਜੂਗੇ, ਟੁੱਟ ਜੂਗੇ ਕਹਿੰਦੀ ਆ, ਪਾਈਪ ਦੀ ਗੱਲ ਕਰਨੀ। ਭਿੰਡੀ ਸਵਾ ਇੱਕ ਵੱਜ ਗਿਆ ਅੱਜ।
ਉਹਨਾਂ ਦੀ ਪਰਤਾ ਕਰਕੇ ਥੋੜਾ ਜਿਹਾ ਇੱਕ ਤੇ ਨਾਲੇ ਬੱਤੀ ਨਹੀਂ ਆਈ ਫਿਰ ਲਾ ਭਰਨ ਲੱਗ ਪਿਆ ਚੱਲ ਪਿਆ ਸਾਰਾ ਕੁਛ ਛੇਤੀ ਲੈ ਆ ਛੇਤੀ ਲੈ ਆ ਫਿਰ ਤੂੰ ਦਿੱਤੇ ਬੜਾ ਕੁਝ ਕਰ ਲਏ ਉਹਦੇ ਵੇਲਾ ਕੰਮ ਆ ਗਿਆ ਹੀ ਹੈ ਨਾ ਇਹਨੇ ਲਿਖਾ ਕਰ ਤੂੰ ਲਿਖ ਕੇ ਦਿੱਤੇ ਨਹੀਂ ਉਹ ਵਧੀਆ ਤਾਂ ਪਾਣੀ ਲੱਗਾ ਰਹਿੰਦਾ ਇਹਦਾ ਐਵੇਂ ਦਿਆ ਹਿਸ਼ਤਾਂ ਦੀਆਂ ਗੱਲ ਮੈਂ ਲਿਆ ਕੇ ਪੜਾਉਣਾ ਤੁਹਾਡਾ ਮਮਾ ਲੰਬੇ ਪੈਰ ਕਿਹਦਾ ਲੇਖ ਲਾ